ਅਸਲਾਮ ਵਾਲੇਕਮ। ਹਾਂਜੀ ਜੀ, ਆਈ ਸਬਜ਼ੀ ਬਣਾਉਣ ਲੱਗੇ ਹਾਂ। ਹੁਣ ਪਿਆਜ਼ ਆ ਗਿਆ ਵਾ, ਸ਼ਿਮਲਾ ਮਿਰਚ ਲਾਇਆ, ਥੂਮ ਵੀ ਲਾਇਆ, ਅਦਰਕ ਵੀ ਲਾਇਆ ਤੇ ਧਨੀਆ ਮਿਰਚਾਂ। ਇਹਨੂੰ ਕੀ ਕਹਿੰਦੇ? ਟਮਾਟੋ। ਟਮਾਟੋ ਆ ਜੀ, ਹੈਗੇ ਆ ਪਟਾਟੋ, ਆਲੂ, ਗ੍ਰੀਨ ਚਿਲੀ ਆ ਜੀ, ਟਮਾਟਰ। ਆ ਸਾਡੇ ਸ਼ੈਫ ਹੈਗੇ ਆ, ਅਤੇ ਆ ਸਾਡੇ ਸੀਨੀਅਰ ਸ਼ੈਫ ਸ਼ਬਾਜ਼ ਸਾਹਿਬ ਹੈਗੇ ਆ। ਇਹ ਹੁਣ ਤਿਆਰੀ ਹੋਣੀ ਸ਼ੁਰੂ ਹੋ ਗਈ ਆ। ਜੇ ਜੀ ਅਸੀਂ ਧਨੀਆ ਬਣਾ ਰਹੇ ਹਾਂ ਜੀ ਸਬਜ਼ੀ 'ਚ ਪਾਉਣ ਵਾਸਤੇ ਅਤੇ ਚਟਨੀ ਬਣਾਉਣ ਵਾਸਤੇ। ਆਹ ਸਹੀ ਤਰੀਕਾ ਹੈਗਾ ਜੀ, ਕਹਿੰਦੇ ਆਹ ਟਹਿਣੀ ਕੱਢਣੀ। ਕਿਹੜੀ ਕੱਢਣੀ ਟਹਿਣੀ? ਆਲੀ, ਆਹ ਜਿਹੜੀ ਮੇਨ ਟਹਿਣੀ ਕਹਿੰਦੇ ਕੱਢ ਦੇਣੀ ਆ। ਅਤੇ ਜੀ ਇਹ ਸਹੀ ਆ। ਹਰਾ ਬੜਾ ਧਨੀਆ ਵਾ ਜੀ, ਬਿਲਕੁਲ ਤਾਜ਼ਾ, ਫਰੈਸ਼, ਹਜੇ ਕੱਟ ਕੇ ਲਿਆਏ ਹਾਂ ਮੰਡੀ 'ਚੋਂ, ਖੇਤਾਂ 'ਚੋਂ ਕੱਟ ਕੇ ਲਿਆਂਦਾ, ਤੋੜ ਕੇ ਨਹੀਂ ਲਈਦਾ। ਜੇ ਫਿਰ ਵੀ ਨਾ ਸਮਝ ਲੱਗੇ ਤਾਂ ਫੈਸਲ ਕੋਲ ਦੁਬਾਰਾ ਪੁੱਛ ਲੈਣਾ। ਹਾਂ ਇੱਦਾਂ ਬਿਲਕੁਲ ਇੱਦਾਂ ਰੱਖਣਾ ਬਣਾ ਕੇ ਸਜਾਵਟ ਵਾਸਤੇ। ਦੇਸੀ ਤਰੀਕਾ ਆ ਚਟਨੀ ਬਣਾਉਣ ਦਾ ਜੀ। ਆ ਸਾਡੀ ਹਾਂਡੀ ਤਿਆਰ ਹੋ ਗਈ ਆ, ਤਿਆਰ ਹੋਈ ਦੀ ਬੜੀ ਪਿਆਰੀ ਤੇ ਲੱਗ ਰਹੀ ਆ, ਤੇ ਖੁਸ਼ਬੂ ਬੜੀ ਪਿਆਰੀ ਆ ਰਹੀ ਆ।